ਦੋਸਤੋ ਜਿਹੜੇ ਬੱਚੇ ਕਹਿੰਦੇ ਆ ਕਨੇਡਾ ਜਾਣਾ ਹੈ ਪੜ੍ਹਾਈ ਵਾਸਤੇ, ਆਹ ਇੱਕ ਵਾਰੀ ਕਨੇਡਾ ਵਾਲਿਆਂ ਦਾ ਹਾਲ ਦੇਖ ਲਓ। ਸੁਣ ਲਓ ਵੀ ਮਿੱਤਰੋ, ਤੁਹਾਨੂੰ ਇੱਕ ਸੱਜ ਹੋਰ ਦਿਖਾਵਾਂ, ਬ੍ਰਹਮਣੀ ਸੈਂਡਲਵੁੱਡ। ਇੱਥੇ ਆਹ ਹਾਲ ਆ, ਹੈਗਾ ਕੋਈ ਇਸ ਗੰਦ ਦੇ ਵਿੱਚ ਸੌਂਦੇ ਨੇ ਸਾਡੇ 7 ਪੰਜਾਬੀ ਤੇ ਇੱਕ ਕੁੜੀ। ਆਹ ਅਸਲੀਅਤ ਆ, ਇੱਥੇ ਟੈਂਟ ਲਾ ਕੇ ਆ, ਇਹਨਾਂ ਦਾ ਸਮਾਨ ਪਿਆ, ਇੱਥੇ ਬਣੀ ਹੋਈ ਆ ਲਾਇਬ੍ਰੇਰੀ। ਮੈਂ ਰੋਟੀ ਪਾਣੀ ਪੁੱਛਣ ਆਇਆ ਸੀ ਇਹਨਾਂ ਨੂੰ, ਕਹਿੰਦੇ ਮੈਂ ਚੱਲਿਆ। ਆਹ ਇਹਨਾਂ ਦਾ ਸਮਾਨ, ਇੱਥੇ ਇੱਥੇ ਸੌਂਦੇ ਨੇ, ਇੱਕ ਕੁੜੀ ਵੀ ਇਹਨਾਂ ਦੇ ਵਿੱਚ, ਸਾਰੇ ਪੰਜਾਬੀ ਨੇ ਸਾਰੇ। ਸਰਦਾਰ ਸੀਗਾ, ਸਾਈਕਲ ਖੜਾ ਇਹਨਾਂ ਦਾ, ਅਤੇ ਇਹਨਾਂ ਵਾਰੀ ਨਿਗਾਹ ਸ਼ਾਇਦ ਕਿਸੇ ਦੀ ਵੱਜੀ ਨਹੀਂ। ਮੈਨੂੰ ਕਿਸੇ ਨੇ ਕਿਹਾ ਸੀ ਕਿ ਉੱਥੇ ਹੈਗੇ ਨੇ ਆਪਣੇ ਵੀਰ, 7 ਜਣੇ ਨੇ, ਨਾਲ ਕੁੜੀ ਰਹਿੰਦੀ ਇਹਨਾਂ ਦੇ ਇੱਕ। ਸੋ ਮੈਂ ਆਇਆ, ਇਹ ਛੋਟਾ ਜਿਹਾ ਜਿਹੜਾ ਬਣਿਆ ਸਾਹਮਣੇ, ਲਾਇਬ੍ਰੇਰੀ ਬਣੀ ਆ ਬਹੁਤ ਸੋਹਣੀ, ਅਤੇ ਮੈਂ ਉਹਨੂੰ ਖੜਾ ਕੇ ਪੁੱਛਿਆ, ਮੈਂ ਕਿਹਾ ਬਾਈ ਹੈਲਪ ਕੋਈ ਰੋਟੀ ਪਾਣੀ, ਕਹਿੰਦਾ ਨਹੀਂ ਮੈਂ ਚੱਲਿਆ। ਅਤੇ ਆਹ ਅਸਲੀਅਤ ਆ ਮਿੱਤਰੋ, ਪਤਾ ਨਹੀਂ ਕਿੰਨੇ ਕਿੰਨੇ ਇਹੋ ਜਿਹੇ ਬ੍ਰੈਂਪਟਨ ਦੇ ਵਿੱਚ ਸੈਂਡਲਵੁੱਡ ਐਂਡ ਬ੍ਰਹਮਣੀ ਵਾਲਾ ਜਿਹੜਾ ਫਰੈਸ਼ਕੋ ਵਾਲਾ ਪਲਾਜ਼ਾ, ਇੱਥੇ ਸੌਂਦੇ ਆ ਉਹ ਬਾਹਰ। ਇੱਕ ਕੁੜੀ ਵੀ ਆ ਜਿਹੜੀ ਕਿ ਨਸ਼ਾ ਕਰਦੀ ਆ, ਮੁੰਡੇ ਤਾਂ ਹੈਗੇ ਹੈਗੇ ਨੇ, ਤਾਂ ਸਾਰੇ ਪੰਜਾਬੀ ਨੇ ਸਾਰੇ।